ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਪੰਜਾਬੀ ਮੀਨੀਆ ਤੇ ਆਪਣੇ ਫੋਨ ਤੇ ਨਵੀਆਂ ਵੀਡੀਓਜ਼ ਦੇਖਣ ਦੇ ਲਈ ਹਿੱਟ ਕਰੋ ਬੈਲ ਆਈਕਨ। ਸੋ ਸਾਡੇ ਨਾਲ ਨੇ ਸੈਵੀ, ਪੁੱਛਦੇ ਆ ਕਿ ਮੈਮ ਨੂੰ ਕਿੱਦਾਂ ਦੀ ਲੱਗੀ ਫਿਲਮ? ਮੈਮ ਇੰਟਰਵਲ ਹੋ ਗਿਆ ਤੇ ਕਿੱਦਾਂ ਦੀ ਲੱਗ ਰਹੀ ਹੈ ਮੈਨੂੰ ਮੇਰੀ ਫਿਲਮ? ਜੀ ਬਹੁਤ ਵਧੀਆ, ਬਹੁਤ ਸੋਹਣੀ ਲੱਗ ਰਹੀ ਹੈ ਸਾਨੂੰ ਵੀ, ਬੜੀ ਕਿਊਟਨੈਸ ਜੀ ਤੁਹਾਡੀ ਦਿਖ ਰਹੀ ਹੈ ਪਹਿਲੀ ਦੀ ਤਰ੍ਹਾਂ। ਔਨ ਸੀਰੀਅਸ ਨੋਟ ਇਹਦਾ ਤੁਸੀਂ ਦੱਸੋਗੇ ਤੇ ਤੁਹਾਨੂੰ ਸਾਰਿਆਂ ਨੂੰ ਕਿੱਦਾਂ ਲੱਗ ਰਹੀ ਹੈ, ਤੇ ਬਸ ਮੈਂ ਤਾਂ ਇਹੀ ਕਹੂੰਗੀ ਵੀ ਇੰਜੋਏ ਕਰੋ। ਮੈਮ ਪਹਿਲੀ ਫਿਲਮ ਨਾਲੋਂ ਕਿੰਨਾ ਕੁ ਨਜ਼ਾਰਾ ਆਇਆ ਸ਼ੂਟ ਕਰਕੇ ਜੀ? ਬਹੁਤ, ਪਹਿਲੀ 'ਚ ਵੀ ਬਹੁਤ ਵਧੀਆ ਲੱਗਿਆ ਸੀ, ਸ਼ੂਟਿੰਗ ਐਕਸਪੀਰੀਅੰਸ ਬਹੁਤ ਵਧੀਆ ਸੀ, ਇਹ 'ਚ ਵੀ ਬਹੁਤ ਵਧੀਆ ਸੀ ਕਿਉਂਕਿ ਟੀਮ ਸੇਮ ਸੀ। ਇਹ 'ਚ ਤਾਂ 3 ਐਕਸਟਰਾ ਆਰਟਿਸਟ ਸਾਡੇ ਜੁਆਇਨ ਵੀ ਹੋਏ ਨੇ, ਗੈਰੀ ਹੈਜ਼ ਕਮ, ਅਨੂ ਮੈਮ ਆਏ ਨੇ, ਜ਼ਫਰੀ ਜੀ ਆਏ ਨੇ। ਸੋ ਗੈਰੀ ਸੰਧੂ ਨਾਲ ਬੜੀ ਕੈਮਿਸਟਰੀ ਬੜੀ ਵਧੀਆ ਲੱਗ ਰਹੀ ਹੈ, ਉਹ ਅਜੇ ਤੱਕ ਸਸਪੈਂਸ ਬਣਿਆ ਵੀ ਕੀ ਹੋਏਗਾ ਕੀ ਨਹੀਂ ਹੋਏਗਾ, ਪੱਕਾ ਹੋਏਗਾ ਜਿੰਦਰ ਕਿ ਨਹੀਂ ਹੋਏਗਾ, ਇਹ ਕੀ ਹੋਏਗਾ ਦਰਸ਼ਕਾਂ ਲਈ, ਤੁਸੀਂ ਕੀ ਕਹਿਣਾ ਚਾਹੋਗੇ? ਪਤਾ ਨਹੀਂ, ਉਹ ਤਾਂ ਦੇਖੋ ਹੁਣ ਇੰਨੀਆਂ ਤਾਰੀਫਾਂ ਤਾਂ ਗਿਣਾਤੀਆਂ ਸੈਵੀ ਨੇ ਉਂਗਲੀਆਂ ਤੇ, ਦੇਖੋ ਹੁਣ ਇਹਦਾ ਹੁਣ ਅਜੇ ਇੰਟਰਵਲ ਹੋਈ ਆ ਤੇ ਪੂਰੀ ਮੂਵੀ ਅਜੇ ਬਾਕੀ ਆ ਦੇਖਣ। ਸੋ ਪਹਿਲਾਂ ਪੂਰੀ ਫਿਲਮ ਦੇਖਦੇ ਆ ਫਿਰ ਤੁਹਾਡੇ ਨਾਲ ਗੱਲਬਾਤ ਕਰਨੇ ਆ। ਡਾਇਲੋਗ ਫੇਮਸ ਹੋਇਆ ਤੁਹਾਡਾ ਇਹ? ਮੈਮ ਗੈਰੀ ਗੈਰੀ ਦਾ ਵੈਸੇ ਤੁਸੀਂ ਵੀ ਬੋਲਦੇ ਨਾ ਸ਼ੁਰੂ ਦੇ ਵਿੱਚ? ਹਾਂਜੀ ਹਾਂਜੀ। ਮੈਮ ਕਿਹੋ ਜਿਹੀ ਲੱਗੀ ਤੁਹਾਨੂੰ ਫਿਲਮ ਦੇਖ ਕੇ? ਜੀ ਮੈਨੂੰ ਤਾਂ ਆਪਣਾ ਨਿਆਣਾ ਤਾਂ ਮਾਨ ਵਧੀਆ ਹੀ ਲੱਗਦਾ, ਆਈ ਲਵ ਇਟ। ਆਪਣੇ ਕੰਮ ਨੂੰ ਸਿਨੇਮੇ ਤੇ ਦੇਖਦੇ ਹੋ, ਪਰਦੇ ਦੇਖਦੇ ਹੋ, ਤਾਂ ਕਿਹੋ ਜਿਹਾ ਫੀਲ ਹੁੰਦਾ ਉਸ ਟਾਈਮ? ਜੀ ਮੈਨੂੰ ਓਵਰਆਲ, ਮੈਂ ਫਿਲਮ ਐਜ਼ ਐਨ ਇੰਡੀਵਿਜੁਅਲ ਮੈਂ ਘੱਟ ਦੇਖਦੀ ਹਾਂ ਕੰਮ, ਮੈਂ ਓਵਰਆਲ ਫਿਲਮ ਦੇਖਦੀ ਹਾਂ ਤੇ ਮੈਨੂੰ ਫਿਲਮ ਦੇਖ ਕੇ ਬਹੁਤ ਵਧੀਆ ਲੱਗਿਆ, ਮਤਲਬ ਫੀਲ ਮਤਲਬ ਬਹੁਤ ਜ਼ਿਆਦਾ, ਮਤਲਬ ਆਡੀਅੰਸ ਦਾ ਰਿਸਪੋਂਸ ਦੇਖ ਕੇ ਬਹੁਤ ਵਧੀਆ ਲੱਗਿਆ। ਸੋ ਮੈਮ ਕੀ ਕਹਿਣਾ ਚਾਹੋਗੇ ਦਰਸ਼ਕਾਂ ਨੂੰ ਫਿਲਮ ਦੇ ਲਈ? ਜੀ ਮੈਂ ਤਾਂ ਇਹ ਕਹਿਣਾ ਚਾਹੂੰਗੀ ਜਿਨ੍ਹਾਂ ਨੇ ਨਈ ਟਿਕਟਸ ਬੁੱਕ ਕਰਾਈਆਂ ਪਲੀਜ਼ ਕਰਾਓ ਤੇ ਦੇਖ ਕੇ ਆਓ ਤੇ ਬਸ ਫੈਮਿਲੀ ਨਾਲ ਇੰਜੋਏ ਕਰੋ, ਦੈਟਸ ਇਟ, ਹੈਵ ਫਨ ਜੀ।